ਸਸ਼ਿਕਾਲ ਮੈਂ ਲਵਪ੍ਰੀਤ ਤੁਸੀਂ ਵੇਖ ਰਹੇ ਹੋ ਪਿਆਸ ਪਬਲਿਕ ਨਿਊਜ਼ ਪੰਜਾਬੀ ਨੂੰ ਸਵਾਗਤ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਖਬਰਾਂ ਦੇ ਨਾਲ ਕਿਸਾਨਾਂ ਦੇ ਮੰਗ ਕਾਨੂੰਨਾਂ ਨੂੰ ਵਾਪਸ ਲੈਣ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦੇ ਸਰਕਾਰ ਸੁਪਰੀਮ ਕੋਰਟ ਨੇ ਕਿਹਾ ਕਿ ਪੁਲਿਸ ਸਟੇਸ਼ਨ ਪੁੱਛਗਿੱਛ ਵਾਲੇ ਕੈਮਰਿਆਂ ਅਤੇ ਲੋਕਅਪਾਂ 'ਚ ਆਡੀਓ ਨਾਲ ਲੱਗਣ ਸੀਸੀਟੀਵੀ ਕੈਮਰੇ ਕੈਪਟਨ ਅਮਰਿੰਦਰ ਸਿੰਘ ਕੋਵਿਡ-19 ਟੀਕੇ ਦਾ ਲੈਣਗੇ ਪਹਿਲਾ ਡੋਜ਼ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਮੋਰਚੇ 'ਚ ਸ਼ਾਮਲ ਹੋਏ 2 ਕਿਸਾਨਾਂ ਦੀ ਹੋਈ ਮੌਤ ਹੁਣ ਮੱਧ ਪ੍ਰਦੇਸ਼ ਦੇ ਕਿਸਾਨਾਂ ਨੇ ਕਾਫਲਿਆਂ ਦੇ ਰੂਪ 'ਚ ਦਿੱਲੀ ਵੱਲ ਪਾਏ ਚਾਲੇ ਅਮ੍ਰਿਤਗੜ੍ਹ ਦੇ ਪਿੰਡ ਹੈਦਰ ਨਗਰ 'ਚ ਸ਼ਰਾਰਤੀ ਤੱਤਾਂ ਨੇ ਗੁਟਕਾ ਸਾਹਿਬ ਦੇ ਅੰਗਾਂ ਦੀ ਕੀਤੀ ਬੇਅਦਬੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨੀ ਮੁੱਦੇ 'ਤੇ ਨੀਵੇਂ ਦਰਜੇ ਦੀ ਰਾਜਨੀਤੀ ਕਰਨ ਲਈ ਕੇਜਰੀਵਾਲ ਨੂੰ ਆੜੇ ਹੱਥੀ ਲਿਆ ਅੰਮ੍ਰਿਤਸਰ 'ਚ ਵਿਜੀਲੈਂਸ ਵੱਲੋਂ ਨਗਰ ਨਿਗਮ ਦਾ ਸੈਨੇਟਰੀ ਇੰਸਪੈਕਟਰ 5000 ਰੁਪਏ ਰਿਸ਼ਵਤ ਲੈਂਦਾ ਕਾਬੂ ਕੈਪਟਨ ਤੇ ਸ਼ਾਹ ਦੀ ਮੁਲਾਕਾਤ ਤੇ ਹਰਸਿਮਰਤ ਨੂੰ ਰੋਸ ਕਿਹਾ ਕੈਪਟਨ ਤੇ ਮੋਦੀ ਦੀ ਗਣਤੁਕ ਉਜਾਗਰ ਕਿਸਾਨ ਅੰਦੋਲਨ ਦਾ ਖੱਟਰ ਨੂੰ ਲੱਗ ਸਕਦਾ ਗਹਿਰਾ ਸੇਕ ਹਰਿਆਣਾ ਦੀ ਸਿਆਸਤ 'ਚ ਖਲਬਲੀ